चलो हम पर्स देखते हैं और पहले सब तो छोटे तो शुरू करते हैं। मतलब 99 का वैसे एक पर्स है तो जे दो लेने तो 179 रुपए के बीच सोना है अंदर भी। आज सारे मतलब 99 दे है सारे पर्स देखो सारे 99 दे विच है। आ देखो ये कितना सोना है कमल डबल जीप ये कितने दा है वन वन डबल नाइन दे पीस है मतलब कितना सोना है ना खोल के देखियो किदा दा अंदरों। अच्छा सेम मतलब सिंपल ही है दोनों साइड जीप है मतलब एक साइड जीप वाला है एक साइड विदाउट जीप है अंदर। अरे पेंदे थोड़ी ने अच्छा इदा पकड़ी दूसरी तरह सिंपल जेड़ा हाँ ये तेरे ना मैचिंग नहीं कर गया नाले सिंपल दा सिंपल है छोटे दा छोटा ये मेरी अनन्या नु बहुत पसंद है आ वाले पर्स ये ज्यादा लॉन्ग है ना ये किन्ने च मतलब 300 रुपए दे भी आ देख चलो हुण असीं दिखांदे आ तुहानूं थोड़ी प्रीमियम रेंज इत्थे इस तों उपर कोई नहीं है ना एक आ वाली चीज लग गया है ना आ वाला देखी हाँ कमल दोनों 300 लगा के तो दिखा देख लो 300 रुपए च एक मिनट प्रिंट पर लगाई आने छड़े हो आ देखो साड़ी मेरी आने ने यही फाड़ ले ले पुत ते इधे विच दो तीन कलर है पार्टी वेयर है वो देख सुने कमल नीचे पार्टी वेयर भी पे है पांच सौ नहीं नवे च आज सोना है पर आने नहीं टिकरी भाई मेरे को मैं इस करके कमल नू फड़ाते हूँ मैं क्या तेनों आप ही पर्स फड़ाई जाता तू पा पा के दिखाई जाए हूँ चलो आ देखते हैं आ छोटे का छोटा है कितना सोहना पर्स है 200 रुपये का सिर्फ ते आ लो एक हूँ आ ये भी शायद ये 300 रुपये का है ਇਹ ਤੁਸੀਂ ਇੱਕ ਚੀਜ਼ ਕਰ ਸਕਦੇ ਹੋ ਇਹ ਵੀ ਤੁਸੀਂ
ਕੜਾ ਵੀ ਕਰ ਸਕਦੇ ਹੋ ਲੌਂਗ ਮਤਲਬ ਤੁਹਾਨੂੰ ਲੌਂਗ ਕਿਹੜਾ ਕੀ ਕਰ ਸਕਦੇ ਤੁਸੀਂ ਛੋਟਾ ਵੀ ਕਰ ਸਕਦੇ ਹੋ ਅਤੇ ਇਹਨੂੰ ਇੱਥੇ ਤੋਂ ਪੈਕਿੰਗ ਕਰ ਸਕਦੇ ਹਾਂ ਸੋਹਣੀ ਚੀਜ਼ ਹੈ ਤੁਸੀਂ ਇੱਦਾਂ ਹੱਥ ਦੇ ਨਾਲ ਵੀ ਕੈਰੀ ਕਰਕੇ ਲਿਜਾ ਸਕਦੇ ਹੋ ਉਸ ਤੋਂ ਬਾਅਦ ਇਹ ਆ ਗਏ ਬੜੇ ਬੈਗ ਹੈ ਜਿਵੇਂ ਟਿਊਸ਼ਨ ਪੜ੍ਹਦੇ ਹਾਂ ਕੋਈ ਵੀ ਇਹਦੇ ਵਿੱਚ ਆ ਦੋ ਇਹ ਕਿਆ ਪ੍ਰਾਈਜ਼ ਹੈ ਇਹਨਾਂ ਦਾ ਸਿਰਫ 300 ਰੁਪਏ 'ਚ ਹੈ ਅਸੀਂ ਅਨੰਨਿਆ ਲਈ ਬਾਹਰੋਂ 500-600 ਰੁਪਏ ਦਾ ਲਿਆ ਤਾ ਨਾ 580 ਰੁਪਏ ਦਾ ਕੁਛ ਐਵੇਂ ਕਿਹੜਾ ਪਰ ਕਿੰਨਾ ਸੋਹਣਾ ਪਰਸ ਹੈ ਕੈਰੀ ਕਰਨੇ ਨੂੰ ਵੀ ਸੋਹਣੀ ਚੀਜ਼ ਹੈ ਨਾਲੇ ਸੇਮ ਹੀ ਹੈ ਨਾਲੇ 300 ਰੁਪਏ ਪ੍ਰਾਈਜ਼ ਹੈ ਆਹ ਵਾਲਾ ਲੈ ਲੈ ਪੁੱਤ ਲੈ ਲੈ ਕੱਢ ਲੈ ਤੂੰ ਜਦ ਤੱਕ ਮੈਂ ਇਹ ਦਿਖਾ ਦੇਵਾਂ ਆਹ ਦੇਖੋ ਇਹ ਵੀ 300 ਰੁਪਏ ਦੇ ਵਿੱਚ ਹੈ ਸਾਰੇ ਹੀ ਚਲੋ ਹੁਣ ਇੱਧਰ ਦਿਖਾਉਂਦੇ ਆ ਤੁਹਾਨੂੰ ਇਹ ਕਿੰਨੇ 'ਚ ਇਹ ਵੀ 300 ਰੁਪਏ ਦਾ ਇਹਦੇ ਵਿੱਚ ਵੀ 3-4 ਕਲਰ ਹੈ ਤੁਸੀਂ ਦੇਖ ਸਕਦੇ ਹੋ ਇਹ ਸਿੰਪਲ ਬੈਗ ਹੈ ਪਰ ਇਹਦਾ ਪ੍ਰਾਈਜ਼ ਦੇ 500 ਰੁਪਏ ਦੇ ਵਿੱਚ ਦੇਖ ਲਓ ਕਿੰਨਾ ਸੌਫਟ ਹੈ ਨਾ ਇਹਦੇ ਇਹਦੇ ਨਾਲ ਦੇ ਆ ਵੀ ਪਏ ਆ ਨੀਚੇ ਇਹ ਕਲਰ ਮਤਲਬ ਇਹ ਵੀ ਉੱਨੇ ਵਾਲੇ ਹੀ ਹੈ ਆਹ ਵਾਲਾ ਨਹੀਂ ਦਿਖਾਇਆ ਇਹਦਾ ਪ੍ਰਾਈਜ਼ ਕਿੰਨਾ ਇਹਦਾ ਸਿਰਫ 300 ਰੁਪਏ ਦੇ ਵਿੱਚ ਹੈ ਹੈ ਕਮਲ ਇਹ ਪਤਾ ਕਿਵੇਂ ਹੈ ਨਾਲ ਮਤਲਬ ਜਿਵੇਂ ਟਿਊਸ਼ਨ ਜਾਂਦੇ ਉਹ ਵੀ ਲਿਜਾ ਸਕਦੇ ਹਾਂ ਉੱਦਾਂ ਵੀ ਕੈਰੀ ਕਰਨੇ ਇਹ ਸੋਹਣੀ ਚੀਜ਼ ਹੈ ਕਿੱਥੇ ਚੱਲੀ ਆ ਪਰਸ ਪਾ ਕੇ ਆਹ ਦੇਖ ਸਮਾਨ ਕੈਰੀ ਕਰਨ ਨੂੰ ਵੀ ਹੈ ਹੈਗਾ ਆਹ ਦੇਖ ਨਾਲੇ ਇਹਦਾ ਪ੍ਰਾਈਜ਼ 300 ਰੁਪਏ ਹੈ ਪਰ ਇਹ ਸਮਾਨ ਕਾਫੀ ਆ ਜਾਣਾ ਕਿਉਂਕਿ ਕਾਫੀ ਬੜਾ ਬੈਗ ਹੈ ਆਹ ਦੇਖੋ ਕਿੰਨਾ ਸੋਹਣਾ ਹੈ ਇਹ ਵੀ 300 ਰੁਪਏ ਦੇ ਵਿੱਚ ਹੈ ਉਸ ਤੋਂ ਬਾਅਦ ਆ ਗਏ ਆਹ ਵਾਲੇ ਕਮਲ ਇਹ ਦੇਖੀ ਯਾਰ ਇੱਕ ਵਾਰ ਆਹ ਜਿਹੜੇ ਆ ਇਹ ਨਹੀਂ ਆਹ ਵਾਲੇ ਆ ਜਿਹੜੇ ਬੜੇ ਸਾਰੇ ਪਏ 300 ਰੁਪਏ ਦੇ ਆਹ ਦੇਖੋ ਨੰਨਿਆ ਵੀ ਮੇਰੀ ਲਗਾ ਕੇ ਦਿਖਾ ਰਹੀ ਹੈ ਆਹ ਦੇਖ ਕਮਲ ਕਿੰਨਾ ਬੜਾ ਆਹ ਕਿੰਨਾ ਸੋਹਣਾ ਦੇਖੋ ਬਸ ਇਹ ਵੀ 300 ਰੁਪਏ ਦੇ ਵਿੱਚ ਹੈ ਜ਼ਿਆਦਾ ਸੋਹਣਾ ਆਹ ਵਾਲਾ ਆਹ ਦੇਖੋ ਕਿੰਨਾ ਬੜਾ ਪਰਸ ਹੈ ਨਾਲੇ 300 ਰੁਪਏ ਦੇ ਵਿੱਚ ਬੈਗ ਹੈ ਨਾਲੇ ਇਹਦੇ ਵਿੱਚ ਇੰਨੀ ਜ਼ਿਆਦਾ ਸਪੇਸ ਹੈ ਜਿਵੇਂ ਤੁਸੀਂ ਬਾਹਰੋਂ ਮਾਰਕੀਟ 'ਚ ਸਬਜ਼ੀ ਲੈਣ ਜਾਂਦੇ ਹੈ ਨਾ ਕਮਲ ਕੋਈ ਵੀ ਚੀਜ਼ ਤਾਂ ਤੁਸੀਂ ਲਿਆ ਸਕਦੇ ਹੋ ਬਹੁਤ ਬੜਾ ਪਰਸ ਹੈ ਇਹਦੇ ਵਿੱਚ ਕਲਰ ਵੀ ਕਾਫੀ ਹੈ ਆਹ ਦੇਖੋ ਪਿੰਕ ਹੈ ਫਿਰ ਗ੍ਰੇ ਹੈ ਆਹ ਦੇਖ ਹੈ ਕਮਲ ਇਹ ਚੀਜ਼ ਰਹਿ ਗਈ ਕਿੰਨੇ ਇਹ ਮਾਰਕੀਟ ਵਾਲੇ ਹੀ ਹੈ ਨਾ ਜਿਵੇਂ ਸਬਜ਼ੀ ਵਗੈਰਾ ਕੈਰੀ ਕਰਦੇ ਹਾਂ ਆਪਾਂ ਇਹ ਉਹਦੇ ਲਈ ਹੈ ਇਹਦੇ ਵਿੱਚ ਵੀ 3-4 ਕਲਰ ਹੈ ਤੁਸੀਂ ਦੇਖ ਸਕਦੇ ਹੋ ਆਹ ਨੀਚੇ ਹੈਗੇ ਆ ਛੋਟੇ ਹੈ ਕਮਲ ਆਹ ਦੇਖੇ ਆਹ ਦੇਖੋ ਕਿੰਨੀ ਜ਼ਿਆਦਾ ਸਪੇਸ ਹੈ ਨਾਲੇ ਛੋਟਾ ਬੈਗ ਹੈ ਆਹ ਵਾਲਾ ਵੀ ਉਹੀ ਹੈ 200 ਰੁਪਏ ਦੇ ਵਿੱਚ ਇਹ 159 ਦੇ ਵਿੱਚ ਹੈ ਚਲੋ ਹੁਣ ਤੁਹਾਨੂੰ ਅਸੀਂ ਪਰਸ ਤਾਂ ਸਾਰੇ ਦਿਖਾਤੇ ਹਾਂ